ਖਬਰ ਮੈਨੀਟੋਬਾ ਤੋਂ ਇਹ ਜਿੱਥੇ ਕਾਰ ਇੰਸ਼ੋਰੈਂਸ ਭਰਨ ਲਈ 23 ਮਈ ਤੋਂ ਕ੍ਰੈਡਿਟ ਕਾਰਡ ਦੀ ਵਰਤੋਂ ਤੇ ਰੋਕ ਲੱਗਣ ਜਾ ਰਹੀ ਹੈ। ਲਗਭਗ 1 ਲੱਖ ਤੋਂ ਵੀ ਵੱਧ ਮੈਨੀਟੋਬਾ ਨਿਵਾਸੀਆਂ ਨੂੰ ਕਾਰ ਲੋਨ ਭਰਨ ਵਾਸਤੇ ਕੋਈ ਹੋਰ ਤਰੀਕਾ ਲੱਭਣਾ ਪਏਗਾ। ਕ੍ਰਾਊਨ ਕਾਰਪੋਰੇਸ਼ਨ ਦੇ ਬੁਲਾਰੇ ਅਨੁਸਾਰ ਇਸ ਨਾਲ MPI ਅਤੇ ਕਈ ਮਿਲੀਅਨ ਡਾਲਰਾਂ ਦੀ ਬਚਤ ਹੋਵੇਗੀ। ਬ੍ਰੈਨ ਸਮਾਈਲੀ ਦੇ ਇੱਕ ਲਿਖਤੀ ਬਿਆਨ ਅਨੁਸਾਰ ਪੇਮੈਂਟ ਕਰਨ ਲਈ MPI ਦਾ ਵਿਸਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਗ੍ਰਾਹਕ ਜੇਕਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੈ ਤਾਂ ਸਿਰਫ 1 ਵਾਰ ਕਰੇਗਾ, ਕਿਸ਼ਤਾਂ ਵਿੱਚ ਅਦਾਇਗੀ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਉਪਭੋਗਤਾਵਾਂ ਨੇ ਇਸ ਸੰਬੰਧੀ ਪਲਾਨ ਲਏ ਹੋਏ ਹਨ ਉਹ ਨਜ਼ਦੀਕੀ MPI ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਇਸ ਨੂੰ ਰੀਨਿਊ ਕਰਾਉਣ ਲਈ ਗ੍ਰਾਹਕਾਂ ਨੂੰ ਨੋਟੀਫਿਕੇਸ਼ਨ ਦਿੱਤੀ ਜਾਵੇਗੀ। ਮੈਨੀਟੋਬਾ ਆਟੋਮੋਬਾਈਲ ਇੰਸ਼ੋਰੈਂਸ ਸੁਧਾਰ ਐਕਟ ਨੇ ਇਸ ਪਲਾਨ ਨੂੰ 19 ਮਾਰਚ ਨੂੰ ਮਾਨਤਾ ਦਿੱਤੀ ਸੀ। MPI ਬੋਰਡ ਡਾਇਰੈਕਟਰ ਅਤੇ ਇੰਸ਼ੋਰੈਂਸ ਬ੍ਰੋਕਰ ਐਸੋਸੀਏਸ਼ਨ ਮੈਨੀਟੋਬਾ ਵੱਲੋਂ ਬਹਿਸ ਬਸਈਏ ਤੋਂ ਬਾਅਦ ਇਸ ਕਾਨੂੰਨ ਨੂੰ ਪਾਸ ਕੀਤਾ ਗਿਆ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।